ਐਡਾ ਵੀ ਹੈ ਜੀ, ਚਾਰ ਕੁ ਸਾਲ ਦਾ ਸਕੂਲ ਲਾਇਆ ਨਾ ਹਲੇ, ਮੇਰੇ ਘਰ 'ਚ ਮਹੀਨਾ ਹੀ ਹੋਇਆ ਸੀ ਸਕੂਲ ਤੋਂ ਕੰਪਲੇਂਟ ਆ ਗਈ। ਕਹਿੰਦੇ ਜੀ ਬੱਚਾ ਤੁਹਾਡਾ ਸਕੂਲ ਨਹੀਂ ਪਹੁੰਚਦਾ, ਬਹੁਤ ਟਾਈਮ ਹੋ ਗਿਆ ਜੀ। ਮੈਂ ਕਿਹਾ ਨਾ ਜੀ, ਘਰੋਂ ਤਾਂ ਰੋਜ਼ ਬੱਸ 'ਚ ਜਾਂਦਾ। ਕਹਿੰਦੇ ਪਤਾ ਨਹੀਂ ਜੀ, ਸਕੂਲ ਦੀ ਕਲਾਸ 'ਚ ਤਾਂ ਦਿਖਦਾ ਨਹੀਂ ਹੈਗਾ, ਕੰਟੀਨ 'ਚ ਗੋਲ ਗੱਪੇ ਖਾ ਕੇ ਵਾਪਸ ਆ ਜਾਂਦਾ। ਮੈਂ ਕਮਾਲ ਦੀ ਗੱਲ ਹੈ, ਕਿਵੇਂ ਹੋ ਸਕਦਾ ਅੱਜ ਮੈਂ ਖੁਦ ਛੱਡ ਕੇ ਆਊਂਗਾ? ਮੈਂ ਕਿਹਾ ਠੀਕ ਹੈ ਜੀ। ਮੈਂ ਸਵੇਰੇ ਸਵੇਰੇ ਤਿਆਰ ਸ਼ਿਆਰ ਹੋਇਆ, ਮੈਂ ਆਪਣੇ ਬੇਟੇ ਨੂੰ ਤਿਆਰ ਕਰਾਂ। ਮੈਂ ਕਿਹਾ ਬੇਟਾ ਚੱਲ ਚੱਲੀਏ, ਮੈਂ ਤੁਹਾਨੂੰ ਸਕੂਲ ਛੱਡ ਕੇ ਆਉਂਦਾ। ਸਕੂਲ ਤਾਂ ਹਲੇ ਬਹੁਤ ਦੂਰ ਸੀ, ਘਰ ਦੇ ਗੇਟ ਤੋਂ ਹੀ ਬਾਹਰ ਨਿਕਲਿਆ ਸੀ। ਮੈਨੂੰ ਉੱਪਰ ਵੱਲ ਦੇਖ ਕੇ ਉਹਨੂੰ ਲੱਗਿਆ ਵੀ ਅੱਜ ਡੈਡੀ ਸਕੂਲ ਕਲਾਸ 'ਚ ਬਿਠਾ ਕੇ ਹੀ ਆਊਗਾ। ਮੇਰੇ ਵੱਲ ਦੇਖ ਕੇ ਕਹਿੰਦਾ, ਡੈਡੀ ਡੈਡੀ। ਮੈਂ ਕਿਹਾ ਹਾਂਜੀ ਬੇਟਾ ਜੀ। ਕਹਿੰਦਾ ਗਰਮੀ ਨਹੀਂ ਲੱਗ ਰਹੀ? ਮੈਂ ਕਿਹਾ ਨਹੀਂ ਨਹੀਂ, ਠੰਡਾ ਮੌਸਮ ਹੈ ਔਰ ਨਵੰਬਰ ਦਾ ਮਹੀਨਾ, ਨਵੰਬਰ ਦੇ ਮਹੀਨੇ 'ਚ ਗਰਮੀ ਕਿੱਥੋਂ ਆ ਗਈ? ਕਹਿੰਦਾ ਚਲੋ ਚੱਲੀਏ ਸਕੂਲ। ਮੈਂ ਕਿਹਾ ਚਲੋ ਚੱਲੀਏ ਬੇਟਾ। ਜਾਂਦੇ ਜਾਂਦੇ ਰਸਤੇ 'ਚ ਨਾ ਜੀ ਸੇਬਾਂ ਦੀ ਰੇਹੜੀ ਸੀ, ਸੇਬਾਂ ਵੱਲ ਦੇਖ ਕੇ ਮੈਨੂੰ ਪਤਾ ਕੀ ਕਹਿੰਦਾ, ਡੈਡੀ ਡੈਡੀ ਮੈਨੂੰ ਸੇਬ ਖਾਣੇ ਨੇ, ਮੈਨੂੰ ਸੇਬ ਲੈ ਦਿਓ। ਸੇਬਾਂ ਵੱਲ ਦੇਖ ਕੇ ਮੈਂ ਵੀ ਦੇਖਿਆ, ਮੈਂ ਕਿਹਾ ਸ਼ੋ ਸ਼ੋ ਹੱਡੀ ਲੱਗ ਰਹੇ ਨੇ। ਮੈਂ ਕਿਹਾ ਬੇਟਾ ਕੁਛ ਸੇਬ ਨਹੀਂ ਹੈਗਾ, ਤਾਂ ਸੇਬ ਵੀ ਹੈਗੇ ਨਿੱਕੀਆਂ ਨਿੱਕੀਆਂ ਜੀਆਂ। ਸੇਬ ਤਾਂ ਤੂੰ ਨਾਨਕੇ ਚੱਲਾਂਗੇ ਨਾ ਆਪਾਂ, ਛੁੱਟੀਆਂ ਆਉਣਗੀਆਂ, ਨਾਨਕੇ ਚੱਲ ਕੇ ਸੇਬ ਖਾਵਾਂਗੇ, ਵੱਡੇ ਵੱਡੇ ਸੇਬ ਹੋਣਗੇ ਸਪੀਕਰਾਂ ਚਿੱਟੇ ਚਿੱਟੇ। ਕਹਿੰਦਾ ਚਲੋ ਜੀ ਅੱਗੇ ਚੱਲ ਪੈਂਦੇ ਹਾਂ। ਅੱਗੇ ਚੱਲੀ ਗਏ 2 ਕਿਲੋਮੀਟਰ ਬਾਅਦ ਇੱਕ ਸੰਤਰੇ ਦੀ ਰੇੜੀ ਆਈ ਸੀ। ਸੰਤਰੇ ਵੱਲ ਦੇਖ ਕੇ ਫੇਰ ਕਹਿੰਦਾ, ਕਹਿੰਦਾ ਡੈਡੀ ਡੈਡੀ ਮੈਨੇ ਸੰਤਰੇ ਖਾਣੇ, ਮੈਨੂੰ ਸੰਤਰਾ ਲੈ ਦਿਓ, ਇੱਕ ਸੰਤਰਾ ਲੈ ਦਿਓ। ਮੈਂ ਕਿਹਾ ਬੇਟੇ ਵੀ ਕੋਈ ਸੰਤਰੇ ਨੇ? ਇਹ ਤਾਂ ਸੰਤਰੀਆਂ ਨੇ, ਨਿੱਕੀ ਜੀਆਂ ਸੰਤਰੇ। ਆਪਾਂ ਚੱਲਾਂਗੇ ਨਾ ਤੇਰੇ ਨਾਨਕੇ, ਉੱਥੇ ਜਾ ਕੇ ਸੰਤਰੇ ਖਾਵਾਂਗੇ। ਲੋ ਜੀ ਗੱਲਾਂ ਕਰਦੇ ਕਰਦੇ ਹੋਰ ਅੱਗੇ ਚਲੀ ਗਏ ਜੀ। ਇੱਕ ਖਰਬੂਜਿਆਂ ਦੀ ਰੇੜੀ ਲੱਗੀ ਸੀ ਸਕੂਲ ਤੋਂ 1 ਕਿਲੋਮੀਟਰ ਪਹਿਲਾਂ। ਉਹਦੇ ਵੱਲ ਦੇਖ ਕੇ ਫੇਰ ਕਹਿੰਦਾ, ਡੈਡੀ ਡੈਡੀ ਮੈਨੇ ਖਰਬੂਜਾ ਖਾਣਾ। ਮੈਂ ਕਿਹਾ ਬੇਟਾ ਇਹ ਵੀ ਕੋਈ ਖਰਬੂਜੀ ਨੇ? ਤਾਂ ਖਰਬੂਜੀਆਂ ਨੇ, ਖਰਬੂਜੇ ਤਾਂ ਤੇਰੇ ਨਾਨਕੇ ਨੇ, ਨਾਨਕੇ ਚੱਲ ਕੇ ਖਾਵਾਂਗੇ। ਲੋ ਜੀ ਮੇਨ ਗੇਟ ਆ ਗਿਆ ਸਕੂਲ ਦਾ, ਮੈਥੋਂ ਵੀ ਤੇਜ਼ ਨਿਕਲਿਆ, ਮੈਨੂੰ ਪਤਾ ਲੱਗ ਗਿਆ ਵੀ ਮੇਰਾ ਹੀ ਹੈ। ਲੋ ਜੀ ਗੇਟ ਵੱਲ ਦੇਖ ਕੇ ਮੈਂ ਉਹਨੂੰ ਕਿਹਾ, ਮੈਂ ਕਿਹਾ ਬੇਟਾ ਦੇਖੋ ਤੁਹਾਡਾ ਸਕੂਲ ਆ ਗਿਆ, ਚਲੋ ਸਕੂਲ ਦੇ ਅੰਦਰ ਐਂਟਰ ਹੋ ਜਾਓ। ਮੈਨੂੰ ਕਹਿੰਦਾ, ਡੈਡੀ ਡੈਡੀ ਮੈਨੂੰ ਸਕੂਲ ਜਾਣਾ। ਮੈਂ ਕਿਉਂ ਬੇਟਾ ਜੀ? ਕਹਿੰਦਾ ਇਹ ਵੀ ਕੋਈ ਸਕੂਲ ਘਰ ਨਹੀਂ ਹੈਗਾ। ਮੈਂ ਕਿਉਂ? ਕਿੰਨਾ ਸੋਹਣਾ ਦਾ ਸਕੂਲ ਹੈ। ਕਹਿੰਦਾ ਇਹ ਵੀ ਫਿਰ ਸਕੂਲੀ ਹੈ, ਸਕੂਲ ਤਾਂ ਨਾਨਕੇ ਹੋਣਗੇ, ਉੱਥੇ ਹੀ ਜਾਊਂਗਾ। ਬੜਾ ਗੁੱਸਾ ਹੈ ਜੀ। ਮੈਂ ਉਹਨੂੰ ਧਿਆਨ ਨਾਲ ਦੇਖਿਆ, ਮੈਂ ਕਿਹਾ ਬੇਟੇ ਮੈਨੂੰ ਜਾਣਦਾ ਮੈਂ ਕੌਣ ਹੈ? ਕਹਿੰਦਾ ਮੈਂ ਵੀ ਤੁਹਾਨੂੰ ਵੀ ਨਹੀਂ ਜਾਣਦਾ, ਤੁਸੀਂ ਕੌਣ ਹੋ? ਬੇਟਾ ਮੈਂ ਸਿੱਧੀ ਜ਼ਬਾਨ 'ਚ ਕਿਹਾ, ਮੈਂ ਕਿਹਾ ਬੇਟਾ ਦੇਖ, ਮੈਂ ਤੇਰਾ ਡੈਡੀ, ਤੇਰਾ ਪਾਲਣਹਾਰ, ਤੇਰਾ ਪਾਪਾ। ਕਹਿੰਦਾ ਹੁਣ ਤੂੰ ਵੀ ਕੋਈ ਪਾਪਾ ਨਹੀਂ ਹੈ, ਤੂੰ ਵੀ ਪਾਪੀ ਹੈ। ਪਾਪੇ ਤਾਂ ਨਾਨਕੇ ਹੀ ਹੋਣਗੇ, ਉੱਥੇ ਹੀ ਜਾਊਂਗਾ। ਜੇ ਪਸੰਦ ਆ ਗਿਆ ਫਿਰ ਤਾੜੀਆਂ ਵਜਾਓ ਜੀ, ਬਹੁਤ ਬਹੁਤ ਮਿਹਰਬਾਨੀ। ਬੱਚਿਆਂ ਦਾ ਦਿਮਾਗ ਹੈ ਜਿਹੋ ਜਿਹਾ, ਅੱਜ ਕੱਲ੍ਹ ਦੇ ਸ਼ਾਰਪ।
ਕਰਕੇ ਵੀ ਆਉਂਦਾ ਜੱਟ ਨਹੀਂ।